ਐਵੇਂ ਥੋੜੋ ਕਹਿਤੀ, ਮੈਨੂੰ ਕਿਤੇ ਸੁਪਨੇ ਆਉਂਦੇ ਆ, ਮੈਂ ਕਿਤੇ ਬਾਬਾ ਝੰਗੜਦਾਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਿੱਕੀ ਨੇ ਆਪਣਾ ਖਹਿੜਾ ਛਡਾ ਲਿਆ, ਆਪਣਾ ਖਹਿੜਾ ਛਡਾ ਲਿਆ ਜੀ। ਮਰੇ ਰਹੋ ਸਾਥੀ, ਮਰਿਆ ਸੱਪ ਮੇਰੇ ਗਲ ਚ ਪਾਤਾ ਇਹਨੇ ਹੁਣ। ਨਹੀਂ ਉਹ ਤਾਂ ਇੱਕ ਮਿੰਟ ਦੀ ਨਾ ਚੱਲਦੀ, ਉਹ ਇੱਕ ਮਿੰਟ ਦੀ ਗੱਲ ਹੁੰਦਾ ਕਿ ਬੱਕਰੇ ਦੀ ਮਾਂ ਕਰਤਾ ਜਿੱਕਣਾ, ਤੁਸੀਂ ਕਹਿ ਤਾ ਵੀ ਰਹਿਣੇ ਦੋ, ਮੈਂ ਪੱਕਾ ਰਹਿਣ ਦੇਣਾ ਥਾ, ਪਰ ਮੈਨੂੰ ਆਪਣੇ ਸਾਲੇ ਦੀ ਸ਼ਰਮ ਆ ਗਈ ਧੰਨਵਾਦ, ਤੇ ਮੈਨੂੰ ਉਹਦਾ ਪਿਆਰ ਚਿੱਤੇ ਆ ਗਿਆ। ਅੱਜ ਮੈਂ ਰੋਟੀ ਬਾਕੀ ਬਾਹਰ ਖਲੋਣੀ ਆ, ਚਲੋ ਚਲੀਏ ਬੈਠੋ ਗੱਡੀ ਛੇਤੀ ਕਰੋ। ਬਾਹਰ ਮਤਲਬ ਚਲੋ ਗੱਡੀ ਤਿਆਰ ਖੜੀ ਥੱਲੇ, ਬੇਇੱਜ਼ਤੀ ਦਾ ਕੰਮ ਹੋ ਗਿਆ, ਥਾਲੀਆਂ ਖਾਲੀਆਂ ਆ ਗਈਆਂ, ਮਾਮਾ ਜੀ ਉਹਨਾਂ ਨੂੰ ਨਿਹਾਰ ਰਹੇ ਨੇ। ਪਾਪਾ ਪਾਪਾ ਜੀ ਥਾਲੀਆਂ ਆ ਗਈਆਂ ਉਧਰ ਦੇਖੀ, ਮੰਗਾ ਲਓ ਕੁਝ ਖਾਣ ਨੂੰ, ਥਾਲੀਆਂ ਆ ਗਈਆਂ। ਬਈ ਜੈਸਮੀਨ ਗੱਲ ਸੁਣ ਲੈ, ਵੀ ਸਾਡੇ ਸਮੇਂ ਦੇ ਵਿੱਚ ਪੜ੍ਹਾਈ ਹੁੰਦੀ ਸੀ ਇਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ, ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਜੀ। ਸੋ ਅੱਜ ਪਤਾ ਕਿੰਨਵੇਂ ਦਿਨ ਹੈ ਜੀ ਤੁਹਾਡੇ ਕੋਲ ਹੋਣਾ, ਚੌਥਾ ਪੰਜਵਾਂ ਦਿਨ, ਪਰ ਅਸੀਂ 4-5 ਦਿਨ ਪਹਿਲਾਂ ਮੈਂ ਸਮਝ ਲਓ ਵੀ ਜਨਮ ਦਿਨ ਮਨਾ ਰਹੇ ਸੀ, ਪਰ ਅੱਜ ਜਨਮ ਦਿਨ ਵਾਲਾ ਹੀ ਦਿਨ ਹੈ। ਅਸੀਂ ਉਦਣੇ ਵੀਡੀਓ ਬਣਾ ਰਹੇ ਹਾਂ ਜੀ, ਘਰਦਿਆਂ ਨੇ ਰੋਟੀ ਨਹੀਂ ਪਕਾਈ, ਨਾਲੇ ਇੰਨੇ ਚੰਗੇ ਕੰਮ ਹੋਏ। ਕਿਆ ਕਿਆ ਹੋਇਆ ਦੇਖੋ, 3 ਨਾਨਕਿਆਂ ਨੇ ਅਲੱਗ ਅਲੱਗ ਜਨਮ ਦਿਨ ਮਨਾਇਆ, ਕੇਕ ਲੈ ਕੇ ਆਉਂਦੇ ਸਾਰਿਆਂ ਨੇ, ਐਨ ਪੂਰਾ ਇੰਜੋਇਮੈਂਟ ਕੀਤਾ। ਪਤਾ ਕੀ ਕਹਿੰਦੇ, ਇੱਧਰ ਸੁਖਵੀਰ ਔਰ ਸੰਦੀਪ ਖੜੇ, ਪਹਿਲਾਂ ਮਿਲੋ ਇਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੈਂ ਇਸ ਕਰਕੇ ਕਹੀ ਹੈ ਜੀ, ਮੈਂ ਸਿਰ ਤੇ ਚੁੰਨੀ ਨਹੀਂ ਲੀਜੀ ਲੱਤੀ ਹੈਗੀ। ਅੱਛਾ ਠੀਕ ਹੈ, ਅੱਜ ਮੈਂ ਫਤਿਹ ਨਹੀਂ ਨਹੀਂ ਅੱਜ ਥੱਕ ਗਈ ਇਸ ਵੇ ਫਤਿਹ ਬੁਲਾਉਂਦੀ ਬੁਲਾਉਂਦੀ ਅੱਜ ਖਾਸੇ ਬਹੁਤ। ਨਹੀਂ ਨਹੀਂ ਇੱਧਰ ਦੀ ਕੋਈ ਗੱਲ ਨਹੀਂ, ਬੁਲਾਉਂਦੇ ਨਹੀਂ ਜੀ ਅਸੀਂ ਥੱਕਦੇ। ਅੱਛਾ ਸੁਣੋ, ਮੈਂ ਦੱਸ, ਇਹਨਾਂ ਨੇ ਗਾਟੀ ਪਤਾ ਕਿਆ ਫਸਾਈ ਜੀ, ਕਹਿੰਦੇ ਵੀ ਦੇਖੋ ਜੀ ਇੱਕ ਕੇਕ ਆ ਗਿਆ ਉਹ ਨਾਨਕਿਆਂ ਦਾ, ਦੂਆ ਕੇਕ ਉਹ ਆ ਗਿਆ, ਵੀ ਜੇ ਤੁਸੀਂ ਆਪ ਮਨਾਉਣਾ ਹੁੰਦਾ 700-800 ਰੁਪਏ ਤੁਸੀਂ ਖਰਚਣਾ ਸੀ, ਜਿਹੜਾ ਸਾਡਾ 700-800 ਰੁਪਏ ਬਚਿਆ ਏ, ਵੀ ਉਹ ਅਸੀਂ ਤੁਹਾਡਾ ਹੁਣ ਢਾਬੇ ਵਿੱਚ ਖਰਚਣਾ ਪੈਣਾ। ਇਹ ਗੱਲ ਤੈਨੂੰ ਕਿਆ ਪਤਾ, ਮੈਨੂੰ ਪਤਾ ਮੈਂ ਕਿਹਾ ਜੀ ਗੱਲ ਵਿੱਕੀ ਨੇ ਮੈਨੂੰ ਇਹੀ ਓ ਦੱਸੀ, ਤਾਂ ਹੀ ਮੈਂ ਗੱਲ ਕਹੀ ਹੈ, ਐਵੇਂ ਥੋੜੋ ਕਹਿਤੀ। ਮੈਨੂੰ ਕਿਤੇ ਸੁਪਨੇ ਆਉਂਦੇ ਆ, ਮੈਂ ਕਿਤੇ ਬਾਬਾ ਝੰਗੜਦਾਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਿੱਕੀ ਨੇ ਆਪਣਾ ਖਹਿੜਾ ਛਡਾ ਲਿਆ, ਆਪਣਾ ਖਹਿੜਾ ਛਡਾ ਲਿਆ ਜੀ। ਮਰਿਆ ਸੱਪ ਮੇਰੇ ਗਲ ਚ ਪਾਤਾ ਇਹਨੇ ਹੁਣ। ਨਹੀਂ ਉਹ ਤਾਂ ਉਹ ਸਾਡੀ ਨਹੀਂ ਨਾ ਚੱਲਦੀ, ਉਹ ਇੱਕ ਮਿੰਟ ਦੀ ਗੱਲ ਹੁੰਦਾ ਕਿ ਬੱਕਰੇ ਦੀ ਮਾਂ ਕਰਤਾ ਕਹਿਰ ਬਣਾਉਂਗੀ। ਬੱਕਰੇ ਦੀ ਮਾਂ ਇਹਦੀ ਤੇ ਵਿੱਕੀ ਨੇ, ਮੈਂ ਤੁਹਾਨੂੰ ਦੱਸਤਾ ਮੈਂ ਉਹਨੂੰ ਮੁਖੀਆ ਬਣਾ ਦੇਣਾ, ਔਰ ਜਿਹਨੇ ਮੁਖੀਆ ਦੀ ਕਰੀ ਬੇਇੱਜ਼ਤੀ ਮੈਂ ਬਰਖਲਾਫ ਹੋ ਜਾਊਂਗਾ, ਹਿਟਲਰ ਮੈਂ ਹਿਟਲਰ ਬਣਨ ਟਾਈਮ ਕੋਈ ਨਾ ਉਹਨਾਂ ਦਾ ਥੋੜਾ ਖਰਚਾ ਪਾਣੀ ਵਿੱਕੀ ਨੇ ਬੰਦ ਕਰਨਾ, ਮੈਂ ਥੋੜੇ ਜਿਹਾ ਟਾਈਮ ਦੇ ਬਸ ਪੈ ਜਾਊਗਾ ਬੈੱਡ ਪਰ, ਜੇ ਕਿਤੇ ਮੇਰੇ ਹੱਥ ਲੱਗ ਗਈ ਕਮਾਂਡ ਥੋੜੇ ਜਿਹਾ ਟਾਈਮ ਕੱਢੂਗਾ ਮੈਂ। ਲਓ ਜੀ ਬੱਚਾ ਪਾਰਟੀ ਕਰਨ ਵੀ ਰਹੇ, ਪੁੱਤ ਭੁੱਖ ਲੱਗੀ ਵੀ, ਚਲੋ ਫਿਰ ਉੱਠੋ ਬਲਾ ਫਤਿਹ ਜੀ ਬਲਾ ਦੇ ਨਾਲੇ। ਵਾਹਿਗੁਰੂ ਜੀ ਕੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਘਰ ਦੀ ਰੋਟੀ ਮਨਾਏ, ਹੁਣ ਢਾਬੇ ਦੀ ਰੋਟੀ ਖਾਵਾਂਗੀ। ਚੱਲ ਫਿਰ ਨਿਕਲ ਨਿਕਲ, ਤੈਨੂੰ ਸਿਖਾਇਆ ਵਾ, ਮੈਨੂੰ ਪਤਾ ਤੇਰਾ ਸਾਰੀ ਕਾਲੀ ਗਾਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਨ ਤਾਂ ਜਮ ਕੋ ਭੁੱਖ ਲੱਗੀ ਹੋਈ ਹੈ, ਮੈਂ ਚੱਕ ਲੈ ਬੱਕਰੇ ਢਾਬੇ ਦੇ, ਢਾਬੇ ਤੇ ਮੈਨੂੰ ਰੋਟੀ ਲਿਆਓ, ਨਾਲੇ ਟੱਬਰ ਨੂੰ ਲਿਆਓ। ਲੜੇ ਨਹੀਂ ਆਏ ਕਰਦੇ ਆ, ਢਾਬੇ ਦੇ ਟੱਬਰ ਨੂੰ ਲੈ ਚੱਲਦੇ ਰੋਟੀ ਲਿਆਉਣ ਦੀ ਬਜਾਏ, ਹੈਨਾ ਹੈਨਾ ਠੀਕ ਨਹੀਂ ਕੰਮ। ਲਓ ਜੀ ਮਿਲੋ ਇੱਧਰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਠੀਕ ਠਾਕ ਹੋ ਜੀ ਸਾਰੇ? ਹਾਂ ਬਹੁਤ ਵਧੀਆ ਸਾਰੇ। ਮੈਂ ਜਵਾਬ ਦਿੰਦਾ, ਉਹ ਹੀਰੋ ਬੈਠਾ ਜੀ, ਅੱਜ ਆਹ ਮੁੰਡਾ ਦੇਖ ਆਪਣੇ ਬਾਪੂ ਨੂੰ ਹੀਰੋ ਮੰਨਦਾ, ਮੰਨਣਾ ਵੀ ਚਾਹੀਦਾ। ਸਤਿ ਸ੍ਰੀ ਅਕਾਲ, ਜਦੋਂ ਵੀ ਆਈਦਾ ਚਾਹ ਪਾਣੀ ਆਪੇ ਪੀਦਾ, ਮੈਨੂੰ ਲੱਗਦਾ ਹੁਣ ਚੱਲ ਜੀ ਰੋਟੀ ਵੀ ਤੈਨੂੰ ਆਪੇ ਬਣਾਉਣੀ ਪੈਣੀ। ਵੀ ਜਿਹੜੇ ਜੀਜੇ ਦਾ ਲੱਛਣ ਹੈ ਵੀ ਇਹ ਨਹੀਂ ਜਾਂਦੇ ਦਿਖਦੇ, ਪਾਪਾ ਜੀ ਤੋਂ ਇਜਾਜ਼ਤ ਲੈ ਲਈਏ ਕਿ ਨਾ ਲੈ ਲਈਏ? ਚਲ ਵਿੱਕੀ ਵਿੱਕੀ ਵੈਸੇ ਹੈਗਾ, ਵਿੱਕੀ ਦੀ ਇਜਾਜ਼ਤ ਲੈ ਲੈਂਦੇ, ਵਿੱਕੀ ਤੋਰੀ ਲੈਣਾ ਨਾ। ਪਾਪਾ ਜੀ ਯਾਰ ਸਾਡਾ ਕਹਿੰਦੇ ਮੈਨੂੰ ਮਿਲਾਏ ਨੀ, ਮੇਰੇ ਕੋਲ ਆਉਣ ਫਿਰਦੀ ਹੈ,
ਆਓ ਫਿਰ ਮੈਂ ਹੁਣ ਆਇਆ ਹਾਂ ਕਹਿਣੇ ਤਾਂ ਮੇਰੇ ਹੱਥ ਤਾਂ ਤੁਨੇ ਬੀਜੀ ਹੋਏ ਵੇ ਤੇ ਚਲੋ ਬਾਪਾ ਜੀ ਫਿਰ ਚੱਲੀਏ ਚੱਲੀਏ ਵੀ ਮਿੱਤਰੋ ਹਾਂਜੀ ਚਲੋ ਫਿਰ ਚਲੋ ਨੰਗਰ ਛੱਕ ਕੇ ਆਈਏ ਆਪਾਂ ਅੱਛਾ ਗੱਲ ਸੁਣੋ ਸੁਖਵੀਰ ਮੇਰੀ ਗੱਲ ਸੁਣੋ ਮੈਂ ਦੇਖ ਲੰਗਰ ਸ਼ਬਦ ਯੂਜ਼ ਕੀਤਾ ਨਾ ਤਾਂ ਲੰਗਰੇ ਛਕਣਾ ਜਾ ਕੇ ਉੱਥੇ ਉਹੀ ਨਹੀਂ ਉਹੀ ਚੱਲ ਜਖੜਾ ਜਾਵੇ ਆਹ ਆਉਣ ਦੋ ਉਹ ਆਉਣ ਦੋ ਫਲਾਣਾ ਆਉਣ ਦੋ ਭਾਂਡੇ ਤੁਹਾਨੂੰ ਮੈਂ ਵਜਾਉਣੇ ਤੁਹਾਨੂੰ ਦੱਸਾਂ ਮੈਂ ਹਾਂ चलो ठीक है जी असि नहीं जी जाना रोटियां पकाओ मैं एक गल सुननी गल सही होगी महासी दी कहदा भी रोटी आपे पकौनी पैनी है मन लगदा जी जिहड़े चलाता चल देखो तो मैं मेरी एक गल सुन लो मैं हुण एक गल सुनो पता क्या गल है मैं जिकना तुसी कहता तां भी रहने दो मैं पक्का रहने देना था पर मैनू अपने साले दी शर्म आ गई ते मैनू उहदा प्यार चेते आ गया अज मैं रोटी बाकी बाहर खलोनी है चलो चलिए बैठो गड्डी ते छेती करो बाहर मतलब चलो गड्डी तैयार खड़ी थले चल कोई गल नहीं देखो जी ये न्याणे दी बच्चे दी पता नहीं क्या गल है हुण पेरेंट्स नूं मतलब देखा कोई गल नहीं जी सफर कर लिया जिन्नी गलों का ठीक है ना जी चलो जी जाके मिलते जी हुण रोपड़ है ना ओके बाय टा टा रोपड़ जी पहुँच गए आपां शगुन ढाबे ते ते इत्थे साढ़े छोरे आ ने जिहड़े ये रौला पा रहे ने बहुत ऐ छोरे बैठ जी फतेह दादा मैनूं पता रौला नहीं पाउणा मैं तैनूं इक गल दसां ठीक है ना रौला नहीं पाउणा कर रौला नहीं पाउणा ठीक है ना ਉਹੀ ਪੁੱਠੀਆਂ ਪੁੱਠੀਆਂ ਗੱਲਾਂ ਕਰੀਏ ਸਰ ਰੌਲਾ ਪਾਤਾ ਤੁਸੀਂ ਆਉਂਦੀ ਸਰ ਮੈਨੂੰ ਤਾਂ ਗੱਡੀ ਖੜਾਉਣ ਵੀ ਦਿੱਤੀ ਤੁਸੀਂ ਚੱਕਦੇ ਫੱਟੇ ਕਿਆ ਹੈ ਹਾਂ ਕਹਿੰਦੇ ਕਿਆ ਸੋਚਦਾ ਕਿਆ ਕਹਿੰਦਾ ਰੌਲਾ ਨਹੀਂ ਪਾਉਣਾ ਠੀਕ ਹੈ ਨਾ ਛਿੱਤਰ ਫਿਰੂੰਗਾ ਜੇ ਰੌਲਾ ਪਾਇਆ ਹਾਂ ਲੱਗ ਗਿਆ ਜੀ ਬਲੌਗ ਬਣਨਾ ਇੱਧਰ ਲੇਹਲ ਸਾਹਿਬ ਸਟੂਡੀਓ ਦਾ ਹੈਂ ਇਹ ਆ ਲਓ ਜੀ ਆਹ ਸਾਰਾ ਟੱਬਰ ਖੜਾ ਜੀ ਉਰੇ ਮੈਂ ਕਰਨ ਨੂੰ ਇੱਕ ਗੱਲ ਕਹਿਣੀ ਮੈਂ ਕਰਨ ਨੂੰ ਗੱਲ ਕਰ ਲਵਾਂ ਇੱਧਰ ਕਰਨ ਪੁੱਤ ਆਪਾਂ ਸ਼ਰਾਬੀ ਨਹੀਂ ਆਪਾਂ ਪੰਜਾਬੀ ਹੈ ਜਿਲੇ ਨੇ ਕੇਸ ਰੱਖਿਆ ਓ ਅੱਛਾ ਜਿਲੇ ਕੇਸ ਕਟਾਉਂਦਾ ਅਸਲੀ ਉਹ ਸਿੰਘ ਨਹੀਂ ਹੈ ਆਪਾਂ ਉਹ ਸਿੰਘ ਨਹੀਂ ਹੈਗੇ ਆਪਾਂ ਸਿੰਘ ਸਰਦਾਰ ਹੈ ਮੈਂ ਸਿੰਘ ਸਰਦਾਰ ਹੈ ਕੀ ਬਾਤ ਹੈ ਚਲੋ ਫਿਰ ਆਪਾਂ ਜਾ ਕੇ ਅੰਦਰ ਲੰਗਰ ਛਕੀਏ ਆਪਾਂ ਰੋਟੀ ਖਾਈ ਹੁਣ ਚਲੋ ਫਿਰ ਕੀ ਬਾਤ ਹੈ ਇੱਧਰ ਆ ਜਿਹੜਾ ਸਾਰੇ ਦਾ ਸਾਰਾ ਟੱਬਰ ਹੋਰ ਪਾਸੇ ਉੜ ਗਿਆ ਵਾ ਮੈਂ ਜਾ ਕੇ ਆਰਡਰ ਦੇ ਦੇਵਾਂ ਹੁਣ ਮੈਂ ਲੱਗਿਆ ਜੀ ਮੈਂ ਨਹੀਂ ਨਹੀਂ ਮੈਂ ਨਾ ਦਾਲ ਜੀ ਦੀ ਮੈਂ ਆਰਡਰ ਲੱਗਿਆ ਦੇ ਨਹੀਂ ਫਿਰ ਆ ਜਾਓ ਨਹੀਂ ਫਿਰ ਆ ਜਾਓ ਪੁੱਛ ਲਓ ਮੜਾ ਜਾ ਫਿਰ ਆ ਜਾਓ ਉਹ ਮੇਰੀ ਗੱਲ ਤੇਰੀ ਵੀਡੀਓ ਤਾਂ ਰਹਿ ਗਈ ਵਿੱਚੇ ਮੈਂ ਇਹਨੂੰ ਕਿਹਾ ਮੈਂ ਲੱਗਿਆ ਮੈਂ ਦਾਲ ਲੱਗਿਆ ਪੈਕ ਕਰਾਉਣ ਕਰ ਚਲੋ ਅੰਦਰ ਫਿਰ ਇਹ ਆ ਗਈ ਸ਼ਗਨ ਢਾਬਾ ਅਲੱਗ ਅੱਛਾ ਹਾਂ ਬਈ ਦੇਖੋ ਝੱਲ ਦਾ ਖੜਨਾ ਹੈ ਖੇਡਣਾ ਉਰੇ ਖੜਾ ਦੇਣਾ ਸੀ ਕੋਈ ਦਿੱਕਤ ਨਹੀਂ ਹੈਗੀ ਚਲੋ ਅੰਦਰ ਚਲੋ ਬਾਕੀ ਦੇਖਦੇ ਹਾਂ ਕੋਸ਼ਿਸ਼ ਕਰਾਂਗੇ ਕਿਉਂਕਿ ਅੰਦਰ ਖਾਸੀ ਫੈਮਿਲੀਜ਼ ਹੈਗੀਆਂ ਨਾ ਵੀ ਕਈ ਵਾਰ ਪ੍ਰੋਬਲਮ ਹੋ ਜਾਂਦੀ ਹੈ ਕੋਈ ਦਿੱਕਤ ਨਹੀਂ ਚਲੋ ਆਪਾਂ ਰੋਟੀ ਖਾਓ ਵੈਸੇ ਆਪਾਂ ਨੂੰ ਗੱਲਾਂ ਬਾਅਦ ਸ਼ਾਂਤੀ ਰੱਖਿਓ ਹੈ ਨਾ ਸਾਰੇ ਆਹ ਦੇਖ ਦੇਖਦੇ ਹੋਣਗੇ ਅੰਦਰ ਹੈ ਨਾ ਵੀ ਕੈਮਰੇ ਵਾਲੇ ਆ ਗਏ ਬਾਹਰ ਨਾ ਸ਼ਗਨ ਢਾਬੇ ਦੇ ਵਿੱਚ ਅਸੀਂ ਐਂਟਰੀ ਤਾਂ ਜ਼ਰੂਰ ਕਰ ਲਈ ਪਰ ਉੱਥੇ ਅੰਦਰ ਨਾ ਜਿਹੜਾ ਵੀ ਹਿਸਾਬ ਕਿਤਾਬ ਸੀਗੀ ਬੜਾ ਸਾਊਂਡ ਵਾਲਾ ਸੀ ਸਾਥੇ ਵੀਡੀਓ ਨਹੀਂ ਸੀ ਬਣਨੀ ਪਰ ਜਿਹੜਾ ਮੇਰਾ ਸ਼ਗਨ ਢਾਬੇ ਦੇ ਵਿੱਚ ਜਿਹੜਾ ਮਾਲਕ ਹੈ ਉਹ ਮੇਰਾ ਮਿੱਤਰ ਨਿਕਲਿਆ ਮੇਰੇ ਲਾਗੇ ਪਿੰਡ ਮਨਸੂਹੇ ਦਾ ਜੀ ਮਨਸੂਹੇ ਤੋਂ ਆ ਜੀ ਉਹ ਅਤੇ ਮੇਰੇ ਗੱਲ ਚੰਗੀ ਵਾਕਫੀ ਸੀਗੀ ਉਹਦੀ ਅੱਗੇ ਵੀ ਹੈਗੀ ਚਲੋ ਮੈਂ ਉਹਨਾਂ ਨੂੰ ਰਿਕੁਐਸਟ ਕਰੀ ਵੀ ਮੈਂ ਹਾਂ ਵੀ ਮੈਂ ਬਣਾਉਣੀ ਹੈ ਜੀ ਵੀਡੀਓ ਤਾਂ ਕਹਿੰਦਾ ਵੀ ਭਾਅ ਜੀ ਮੈਂ ਤੁਹਾਡੀ ਵੀਡੀਓ ਦੇਖਦਾ ਵੀ ਕੀ ਚਾਹੁੰਦੇ ਹੋ ਮੈਂ ਵੀ ਸੈਪਰੇਟ ਕੁਛ ਥੋੜ੍ਹਾ ਜਿਹਾ ਕਹਿੰਦੇ ਵੀ ਬਿਲਕੁਲ ਸੈਪਰੇਟ ਮਿਲ ਜੂਗਾ ਤਾਂ ਇਹ ਉਹਨਾਂ ਦਾ ਰੂਮ ਹੈਗਾ ਜੀ ਸੈਪਰੇਟ ਟੈਪ ਵਾਲਾ ਠੀਕ ਹੈ ਨਾ ਗੱਲ ਦੀ ਗੱਲ ਸਾਰੀ ਦੀ ਸਾਰੀ ਅਤੇ ਉਹਦੇ ਵਿੱਚ ਅਸੀਂ ਆ ਕੇ ਟੋਟਲੀ ਸਾਰੇ ਜਣੇ ਮਤਲਬ ਐਡਜਸਟ ਹੋ ਗਏ ਅਤੇ ਪਰ ਇਹ ਪਤਾ ਨਹੀਂ ਰੂਮ ਨਹੀਂ ਹੈਗਾ ਇੱਕ ਹੋਲ ਹੈ ਪਤਾ ਨਹੀਂ ਕਿੰਨੇ 'ਚ ਹਾਇਰ ਕਰਦੇ ਹੋਊਗਾ ਫਿਰ ਥੈਂਕ ਯੂ ਉਹਦਾ ਅਤੇ ਜੈਸਮੀਨ ਬੈਠ ਗਈ ਇਹ ਪੜ੍ਹੀ ਲਿਖੀ ਥੋੜ੍ਹੀ ਜਿਹੀ ਜ਼ਿਆਦਾ
ਇਹਨੇ ਐਮ ਏ ਕਰ ਲਈ ਹੈ, ਇਹ ਐਮ ਏ ਕਰਕੇ ਦੇਖਦੀ ਇੰਗਲਿਸ਼ ਦੇ ਵਿੱਚ ਆ ਗਿਆ ਸਾਰਾ ਕੁਛ ਲਿਖ ਕੇ। ਹਾਂਜੀ ਬਾਬਾ, ਅਸੀਂ ਅਸੀਂ ਜੋੜ ਜੋੜ ਕੇ ਪੜ੍ਹਨਾ ਸੀਗਾ। ਮੈਂ ਫਟਾਫਟ ਦੱਸ ਦਿੰਦੀ, ਦਮ ਆਲੂ ਆਲੂ ਗੋਭੀ ਆ ਚੀਜ਼। ਚੁੱਪ 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 ਖੜ ਜਾਓ, ਬਾਹਰ ਦੀਆਂ ਗੱਲਾਂ। ਦਮ ਆਲੂ ਕਿਹਾ, ਦਮ ਆਲੂ ਨੇ, ਦਮ ਆਲੂ ਤਾਂ ਨੇ ਸਾਨੂੰ ਕਈ ਵਾਰ ਖੜਾ ਲਏ ਸੀ ਓਰੀਓ ਖਾਣ ਨਾ, ਦਮ ਆਲੂ ਹੈ ਨਾ, ਠੀਕ ਹੈ ਨਾ ਗੱਲ। ਅਤੇ ਆ ਟੱਬਰ ਬੈਠਾ ਮੇਰਾ ਸਾਰੇ ਦਾ ਸਾਰਾ, ਹੁਣ ਤੁਸੀਂ ਖੁਸ਼ ਹੋ ਵੀ ਸੈਪਰੇਟ ਬੈਠੇ ਹੋ। ਇਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਸੀ ਜਦੋਂ ਅੰਦਰ ਦੇਖੀ ਨਾ ਪਬਲਿਕ, ਉਹ ਸਾਨੂੰ ਪਬਲਿਕ ਦਿਖਾ ਕੇ ਲੈ ਕੇ ਆਵਾਂ ਜੀ ਥੋੜ੍ਹੀ ਜਿਹੀ ਵੀ ਕਿੰਨਾ ਕੁ ਭਰਿਆ ਵਾ ਉੱਧਰ ਹਾਲ। ਅਤੇ ਉੱਥੇ ਅਸੀਂ ਨਾ ਕੋਈ ਲਾਊਡਲੀ ਬੋਲ ਸਕਦੇ ਸੀ, ਅਤੇ ਉੱਧਰਲੇ ਪਾਸੇ ਸਾਰੇ ਦਾ ਸਾਰਾ ਹਾਲ ਤਕਰੀਬਨ ਭਰਿਆ ਪਿਆ ਸੀ, ਅਤੇ ਉੱਥੇ ਸਾਊਂਡ ਥੋੜ੍ਹੀ ਜਿਹੀ ਓਪਨ ਸੀ, ਜ਼ਿਆਦਾ ਸੀ। ਅਤੇ ਕਈ ਵਾਰ ਇਹ ਹੁੰਦਾ ਵੀ ਅਗਲਾ ਸੋਚਦਾ ਹੈ ਨਾ, ਅਗਲਾ ਫਰੈਂਕਲੀ ਬੈਠਣਾ ਹੁੰਦਾ ਬੰਦੇ ਨੇ ਆ ਕੇ, ਹੈ ਨਾ, ਅਗਲਾ ਕਹਿੰਦਾ ਯਾਰ ਕੈਮਰਾ ਚੱਲਦਾ ਹੈ, ਇਹ ਵੋ ਅਮਕਾ ਟਿਮਕਾ, 20 ਗੱਲਾਂ ਹੋ ਜਾਂਦੀਆਂ ਹੈ ਨਾ। ਤਾਂ ਇਸ ਗੱਲ ਕਰਕੇ ਅਸੀਂ ਉਹਨੂੰ ਸੈਪਰੇਟ ਆ ਗਏ, ਅਤੇ ਹੁਣ ਅਸੀਂ ਇਹਨਾਂ ਨੂੰ ਔਡਰ ਕਰਨਾ। ਔਡਰ ਕਰਨ ਤੋਂ ਬਾਅਦ ਸ਼ਾਇਦ ਅਸੀਂ ਕੋਈ ਗੱਲਾਂ ਬਾਤਾਂ ਨਾ ਕਰੀਏ, ਗੱਲਾਂ ਬਾਤਾਂ ਨਾ ਕਰਕੇ ਅਸੀਂ ਆਪਣਾ ਲੰਗਰ ਪਾਣੀ ਛੱਕ ਕੇ ਫਿਰ ਆਪਣੇ ਘਰ ਜਾਊਂਗੇ। ਪਰ ਮੇਰੇ 'ਤੇ ਥੋੜ੍ਹੇ ਜਿਹਾ ਹੈ ਵੱਜਣੇ ਹੈ, ਚਲੋ ਕੋਈ ਗੱਲ ਨਹੀਂ, ਬਾਬਾ ਚੜ੍ਹਦੀ ਕਲਾ 'ਚ ਰੱਖੂੰਗਾ ਖਾਣਾ ਪੀਣਾ ਦੇ ਵਿੱਚ। ਸੰਦੀਪ, ਜੇ ਆਪਾਂ ਘਰ ਬਣਾ ਕੇ ਖਾ ਲੈਂਦੇ ਉਹਦੇ 'ਤੇ ਸ਼ਾਇਦ 2-4 ਹਜ਼ਾਰ ਵੱਜ ਜਾਂਦਾ। ਕੋਈ ਗੱਲ ਨਹੀਂ, ਖੁਸ਼ੀ ਦੇ ਚੱਕਰ 'ਚ ਤੁਹਾਡਾ ਕਦੇ ਕਦੇ ਨਹੀਂ ਹੈਗੇ, ਇਹਨਾਂ ਦਾ ਕਦੇ 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 ਪੂਰਾ ਨਹੀਂ ਹੋਣਾ ਹੈਗਾ। ਚਲੋ ਜੀ, ਠੀਕ ਹੈ ਜੀ, ਅਸੀਂ ਰੋਟੀ ਪਾਣੀ ਮੰਗਾ ਕੇ ਬਾਅਦ ਦੇ ਵਿੱਚ ਥੋੜ੍ਹੀ ਜਿਹੀ ਵੀਡੀਓ ਬਣਾਉਂਦੇ ਜੀ। ਓਕੇ ਬਾਏ। ਬੇਇੱਜ਼ਤੀ ਦਾ ਕੰਮ ਹੋ ਗਿਆ, ਥਾਲੀਆਂ ਖਾਲੀਆਂ ਆ ਗਈਆਂ, ਮਾਮਾ ਜੀ ਉਹਨਾਂ ਨੂੰ ਨਿਹਾਰ ਰਹੇ ਨੇ। ਪਾਪਾ, ਪਾਪਾ ਜੀ, ਥਾਲੀਆਂ ਆ ਗਈਆਂ ਉੱਧਰ ਦੇਖੀ, ਮੰਗਾ ਲਓ ਕੁਛ ਖਾਣ ਨੂੰ, ਥਾਲੀਆਂ ਆ ਗਈਆਂ। ਪਾਪਾ ਨੇ ਆਏ ਨਹੀਂ, ਪੀ ਏ ਐਲ ਏ ਕੇ ਪਾਲਕ ਬਣ ਗਿਆ ਮਸ਼ਰੂਮ, ਉਹਦੇ ਨਾਲ ਕਿੰਨੇ ਤਾਂ 60 ਰੁਪਏ ਦੀ ਪਲੱਸ 140 ਕਿਤੇ ਆਇਆ ਤਾਂ ਪਾਲਕ ਲਿਖ ਕੇ ਆਇਆ। ਅੱਛਾ, ਮੰਗਾ ਲਓ ਜੀ, ਦੇਖੀ ਛੇਤੀ ਦੇ ਕੇ। ਬਹੁਤੀਆਂ ਬੜੀਆਂ ਖੁਆਇਸ਼ਾਂ ਨਹੀਂ ਹੈਗੀਆਂ ਸਾਡੀਆਂ, ਅਸੀਂ ਬਸ ਦਾਲ ਨਾਲੇ ਖੁਸ਼ ਰਹਿਣ ਵਾਲੇ ਬੰਦੇ। ਹੈ ਸੱਚੀ ਹੈ? ਨਹੀਂ ਨਹੀਂ, ਆਪਾਂ ਨੇ ਬਾਈ ਦੇਖੋ ਆਰਡਰ ਆਪਾਂ ਨੇ ਐਨ ਬਿਲਕੁਲ ਸਾਰਿਆਂ ਦੀ ਚੋਇਸ ਗੱਲ ਤਾਂ, ਪਰ ਸਾਰੀ ਸਾਰਿਆਂ ਦਾ ਦਿਮਾਗ ਬਸ ਇੱਥੇ ਫਿੱਟ ਆ ਵੀ ਅਸੀਂ ਜਿੰਨੇ ਕੁ ਕਮਾਉਣ ਯੋਗ ਆ ਅਸੀਂ ਉਸ ਹਿਸਾਬ ਨਾਲ ਖਾਈਏ, ਠੀਕ ਹੈ ਨਾ। ਤੋ ਹੁਣ ਲੰਗਰ ਪਾਣੀ ਦੀ ਵਿਵਸਥਾ, ਜੈਸਮੀਨ ਸਰਵ ਲੱਗੀ ਵੀ ਕਰਨ ਆਪਣੇ ਮਾਮੇ ਨੂੰ, ਮਾਮੀ ਨੂੰ, ਅਤੇ ਸੰਦੀਪ ਵੀ ਲੱਗੀ ਵੀ ਸਰਵ ਕਰਨ। ਹੈ ਮੇਰਾ ਪੁੱਤ, ਉਹ ਖੁਸ਼ ਰਹੋ, ਹੈ ਮੇਰਾ ਪੁੱਤ। ਅੱਛਾ, ਮੇਰੇ ਪੁੱਤ ਨੇ ਰੋਟੀ ਖਾਣੀ ਹੈ, ਜੁੜ ਕੇ ਚਲੋ, ਠੀਕ ਆ। ਮੈਂ ਕਰਨੇ ਦੋਨੋਂ ਇਕੱਠੀ ਖਾ ਲੈਣੀ ਸੰਦੀਪ, ਅਦਰਵਾਈਜ਼ ਹੋਰ ਲੱਗਦਾ ਸੀ ਵੀ ਮੰਗਾ ਲਿਓ ਹੋਰ, ਹੈ ਨਾ, ਐਵਰੀਥਿੰਗ ਜੋ ਕੁਛ ਵੀ ਮੰਗਾਉਣਾ ਮੰਗਾ ਲਿਓ। ਅਤੇ ਮੈਨੂੰ ਥੋੜ੍ਹੀ ਜਿਹਾ ਆਹ ਪਿਆਜ਼ ਪੂਜੇ ਘੱਟ ਲੱਗਦੇ, ਪਿਆਜ਼ ਪੂਜੇ ਘੱਟ ਲੱਗਦੇ ਮੈਨੂੰ। ਤੇਰੇ ਵਾਸਤੇ ਆਏ, ਮੈਂ ਆਪਣੇ ਵਾਸਤੇ ਹੋਰ ਮੰਗਾ ਲੈਂਦਾ, ਕੋਈ ਦਿੱਕਤ ਨਹੀਂ। ਅੱਛਾ, ਬਾਈਆਂ ਨੇ ਲੱਸੀ ਵੀ ਭੇਜਤੀ ਸਪੈਸ਼ਲ, ਵੀ ਗਰਮੀ ਸ਼ੁਰੂ ਹੋ ਗਈ। ਚਲੋ ਛਕੋ ਫਿਰ ਲੰਗਰ, ਮਿਲਦੇ ਜੀ ਥੋੜ੍ਹੀ ਦੇਰ ਬਾਅਦ, ਬਿੱਲ ਬਿਲਿੰਗ ਦੇ ਟਾਈਮ 'ਤੇ ਮਿਲਦੇ ਹਾਂ, ਥੋੜ੍ਹਾ ਜਿਹਾ ਕਰਦੇ ਜੀ ਇੰਜੋਇਮੈਂਟ। ਜੈਸਮੀਨ, ਗੁੱਡ ਜੋਬ, ਉੱਥੇ ਪੁੱਤ ਤੇਰੀ ਪੜ੍ਹਾਈ ਲਿਖਾਈ ਮੈਨੂੰ ਅੱਜ ਬਹੁਤ ਗਰਵ ਹੋ ਰਿਹਾ ਵੀ ਤੂੰ ਸਰਵ ਕਰ ਰਹੀ ਹੈ ਸਾਰਿਆਂ ਨੂੰ, ਠੀਕ ਹੈ ਨਾ। ਗੁੱਡ ਜੋਬ ਬੇਟੇ, ਵੈਰੀ ਗੁੱਡ, ਐਕਣੀ ਹੁੰਦਾ ਬੱਚੇ ਸਾਰਾ ਕੁਛ, ਹੈ ਨਾ, ਆਪਣੇ ਗੈਸਟਾਂ ਨੂੰ ਸਾਰਿਆਂ ਨੂੰ ਉਹ ਕਰਨ ਨਾ, ਬਹੁਤ ਹੁੰਦਾ ਉਹ, ਵਧੀਆ। ਅੱਛਾ, ਓਕੇ ਬਾਏ। ਬਹੁਤ ਸੋਹਣੀ ਦਾਦੀ ਦੇਖੀ।
लो जी लंगर पानी छक लिया इन्होंने, इन्हें आने लग गई हम गल है मखौल लग गया सज्जन इन्होंने हूं है तारीफ करनी बनती है बी सारा को लाइट सी है ना, मतलब कोई ना बहुता औख सी ना स्वाद सी ना तू तीन तै बनानी कदे कदे चीज तैं थोड़े जे मसाले मसूले पा के स्वादिष्ट बनानी इन्होंने रोज़ बनाने इन्होंने पता भी रोज़ बंद ने खाण आना लाइट जहाँ बना के दो इन्होंने लाइट सी हाँ जी बंद ने अपना कह सकते भी तड़का लागे भाई थोड़ा जहाँ ज्यादा थोड़ा जहाँ लून मिर्च पा दी वो मैटर लग दी हूँ अपना कई परसन से अपना किसी की चॉइस कही जी होंगी कही चॉइस कही हाँ मैं खा लेना सी मैं तो खा लेना सीगा सारा कुछ बाकी चलो जी हाँ चलिए जी घर मिलते हैं फिर कितने अगली बड़ी परमात्मा सानू सारे चढ़ती कला च रखे दिन दुगुने रात चौगुने तरक्कियां बख्शे ठीक है जी बाय बाय।